ਜੀ ਕਿੱਦਾਂ ਫਿਰ ਉਹ ਤੋਂ ਹੀ ਸਭ ਘੈਂਟ ਹੋ ਗਏ ਤੇ ਵੈਲਕਮ ਬੈਕ ਟੂ ਮਾਈ ਚੈਨਲ ਅਗੇਨ ਤਾਂ ਸਵੇਰ ਹੋ ਗਈ ਹੁਣ ਫਿਰ ਚੱਲੇ ਆਪਾਂ ਜਿਮ ਹੁਣ ਮੈਂ ਪਹਿਲੋਂ ਕਰੂੰਗਾ ਸਰਪੰਚ ਨੂੰ ਪਿੱਕ ਫਿਰ ਜਾਂਦੇ ਆ ਅੱਗੇ ਜਿਮ ਆ ਬੈਠਾ ਸਰਪੰਚ ਦਾ ਬੋਡੀ ਗਾਰਡ ਤੋ ਹੁਣ ਲੱਗੀ ਸਰਪੰਚ ਦੀ ਐਂਟਰੀ ਹੁਣ 3 2 1 ਓ ਆ ਗਿਆ ਸਰਪੰਚ ਮੋਹੀ ਨਿਕਲਦਾ ਘਰੋਂ ਬਾਹਰ ਘਰੋਂ ਬਾਹਰ ਜਿਮ ਵਗੈਰਾ ਲਗਾ ਕੇ ਤਾਂ ਆਪਾਂ ਆ ਗਏ ਹਾਂ ਟਾਈਮ ਸੇਰੀ ਘਰ ਤਾਂ ਹੁਣ ਮੈਂ ਚੱਲਾਂ ਫਿਰ ਦੁਬਾਰਾ ਅੰਗੂਠਾ ਸਿੱਧਾ ਕਰਾਉਣ ਕਿਉਂਕਿ ਥੋੜ੍ਹੇ ਦਿਨ ਪਹਿਲਾਂ ਮੈਂ ਵਾਲੀਬਾਲ ਖੇਡਣ ਡਿਆ ਤਾਂ ਸਾਈਡ ਜੀ ਨੂੰ ਮੈਂ ਜੰਪ ਕੀਤਾ ਸੀ ਤਾਂ ਉੱਥੇ ਜਾ ਕੇ ਜੰਪ ਕਰਦਾ ਮੇਰਾ ਅੰਗੂਠਾ ਵੱਜਾ ਕੰਧ ਵਿੱਚ ਪੈਰ ਦਾ ਤਾਂ ਠੋਕ ਠਾਕ ਗਿਆ ਵਾ ਤਾਂ ਬੜੀ ਪੀੜ ਹੁੰਦੀ ਆ ਕਿੰਨੇ ਦਿਨ ਹੋ ਗਏ ਮੈਂ ਕਿਹਾ ਸ਼ਾਇਦ ਠੀਕ ਹੋ ਰਹੇਗਾ ਉੱਦਾਂ ਹੀ ਹੋਇਆ ਹੋਣਾ ਵਾ ਹੁਣ ਪਰ ਪਤਾ ਲੱਗਾ ਵੀ ਨਹੀਂ ਹਲੇ ਨਹੀਂ ਹੋ ਰਿਹਾ ਤਾਂ ਕਰਕੇ ਹੁਣ ਮੈਂ ਚੱਲਾਂ ਮੈਂ ਵੇਖਾਈਏ ਕਿ ਸਹੀ ਕਰਾ ਲਈਏ ਐਵੇਂ ਹੀ ਜ਼ਿਆਦਾ ਕੰਮ ਵਧੇਗਾ ਹੁਣ ਫਿਰ ਆਪਾਂ ਘਰ ਨੂੰ ਤੁਰ ਪਏ ਹਾਂ ਕਿਉਂਕਿ ਜਿਹਦੇ ਕੋਲ ਅੰਗੂਠਾ ਸਿੱਧਾ ਕਰਾਉਣਾ ਉਹ ਦਵਾਈ ਖਾ ਕੇ ਸੁੱਤਾ ਵਾ ਗੱਲ ਤਾਂ ਬੜੀ ਮਾੜੀ ਯਾਰ ਸਾਰੇ ਬਿਮਾਰ ਪਏ ਰਹਿੰਦੇ ਆ ਇੱਕ ਸਰਪੰਚ ਅਤੇ ਇੱਕ ਮੈਂ ਆਪਾਂ ਦੋ ਹੀ ਹਾਂ ਬਸ ਜਿਹੜੇ ਠੀਕ ਰਹੀਦਾ ਵਾ ਬਾਕੀ ਹੁਣ ਮੈਂ ਚੱਲਾਂ ਵਾ ਪਿੰਡ ਦੀ ਡਿਸਪੈਂਸਰੀ ਵਿੱਚ ਚੱਲੇ ਹਾਂ ਬਾਕੀ ਉੱਥੇ ਜਾ ਕੇ ਚੈੱਕ ਕਰਦੇ ਹਾਂ ਵੀ ਜੇ ਮਿਲਦੇ ਆ ਕਰੋਨਾ ਦੇ ਇੰਜੈਕਸ਼ਨ ਅਤੇ ਕੱਲ੍ਹ ਆਪਾਂ ਵੀ ਇੰਜੈਕਸ਼ਨ ਲਵਾਵਾਂਗੇ ਕਰੋਨਾ ਦਾ ਬਾਕੀ ਚਲੋ ਹੁਣ ਚੱਲੀਏ ਹੁਣ ਵੇਖੀਏ ਉੱਥੇ ਕੀ ਬਣਦਾ 2 hours later ਇੱਥੇ ਕਿਤੇ ਪੀੜ ਹੁੰਦੀ ਸੀ ਬਸ ਆਹ ਚੀਜ਼ ਅੰਗੂਠਾ ਹੋ ਗਿਆ ਹੁਣ ਆਪਣਾ ਸਹੀ ਹੁਣ ਫਿਰ ਚੱਲੇ ਆਪਾਂ ਵਾਲੀਬਾਲ ਗਰਾਊਂਡ ਵੱਲ ਅੱਜ ਵਧੀਆ ਖੇਡਾਂਗੇ ਕਿਉਂਕਿ ਹੁਣ ਅੰਗੂਠਾ ਬਿਲਕੁਲ ਸਹੀ ਹੈ ਅਤੇ ਚੰਗੀ ਤਰ੍ਹਾਂ ਤੁਰ ਫਿਰ ਲਾਵਾਂਗੇ ਅਤੇ ਭੱਜਾਂ ਦੌੜਾਂਗੇ ਵੀ ਸਹੀ ਕਾਫੀ ਦਿਨ ਹੋ ਗਏ ਯਾਰ ਬੜੀ ਪ੍ਰੋਬਲਮ ਆਉਣ ਡਈ ਭੱਜਣ ਦੌੜਨ ਵਿੱਚ ਵੀ ਪਰ ਹੁਣ ਵਧੀਆ ਖੇਡਾਂਗੇ ਅੱਜ ਤੋਂ ਬਾਕੀ ਚਲੋ ਵੇਖਦੇ ਹਾਂ ਅੱਜ ਕੀ ਕਰੀਦਾ ਗਰਾਊਂਡ 'ਚ ਉਹੀ ਪਲੇਅਰ ਜਿਹੜੇ ਕੱਲ੍ਹ ਮੈਚ ਜਿੱਤੇ ਸੀ ਸਾਡੇ ਤੋਂ ਬਾਕੀ ਅੱਜ ਹਰਾਵਾਂਗੇ ਉਹ ਸਾਰੀ ਟੀਮ ਬੈਠੀ ਆ ਸਾਫ ਸਰ ਸਵੈਨ
इस टाइम ते दूजी टीम ने किया कपला आ जड़ा पॉइंट लिया किसी ने गिणिया ही नहीं तो ये साढ़े पॉइंट हो जाते ही 12 अरमान की टीम का ये कप है और सरबंस की टीम का अभी ईच हो गए। सुखमा कितना पॉइंट है? 12 इंच भाई साहब क्या है से लीड की जीत में 13-12 भाई साहब अप हो गए अप 15 का ही मैच है बहुत बड़ा मैच लगता होया मैच लगा ओपोनेंट टीम काफी वधिया खेडी पर अफसोस से हार गई है पूरा जोर लाके जीत गए आपा हार गए हार गए मेरे बड़ी पाए फिर तो भी पाते नाले ओ ये लड़ाई हो जा लगी जे लेट नाइट चिलिंग जय बाजू दी जय बाबे बाजूआं दी ਕਹਿੰਦੇ ਸ਼ੂਟਿੰਗ ਚਿਲਿੰਗ ਹੁੰਦੀ ਵੇ ਬਹੁਤ ਠੰਡੇ ਹੋ ਗਏ ਭਰਾ ਚਿਲਿੰਗ ਹੋਈ ਆ ਪਾਣੀ ਵਾਲੀ ਮੈਂ ਛੇੜ ਛੇੜੀ ਮੈਂ ਤਾਂ ਨੂੰ ਮੈਂ ਕਹਿਆ ਮੈਂ ਪਾਣੀ ਪਾ ਸਰਬੱਤ ਦੇ ਸਰਬੱਤ ਦੇ ਵੈਰ ਨਾਲੇ ਮਗਰੇ ਹੋ ਗਏ ਸ਼ੁਰੂ ਮੈਂ ਪਹਿਲੇ ਮੈਂ ਲਾਇਆ ਮੈਂ ਪਾਇਆ ਕਿ ਨਹੀਂ ਵੇਖਣੀ ਸਰਬੱਤ ਦੇ ਪੰਜਾਬੀ ਆਹੋ ਉਹ ਤਾਂ ਚੱਲ ਹੁੰਦਾ ਹੀ ਮੈਂ ਤਾਂ ਨੇ ਮੂੰਹ ਤੇ ਪਾ ਛੱਡਿਆ ਮੈਂ ਤਾਂ ਨੂੰ ਕਹਿੰਦਾ ਮੈਂ ਤਾਂ ਵੇ ਸਾਨੂੰ ਬਾਈ ਕਹਿੰਦਾ ਚੱਲ ਠੀਕ ਆ ਉਹਨੂੰ ਰੋਲਣਾ ਬੜਾ ਹੀ ਵੱਜ ਗਿਆ ਵਾ ਮੈਂ ਤਾਂ ਨੂੰ ਪੁੱਛਣਾ ਹੀ ਕਰਨਾ ਡਰੋਪ ਹੋਣ ਚੱਲੇ ਆਪਾਂ ਸਾਡੇ ਘਰ ਨੂੰ ਡਿੱਗੀ ਫੜਾਂਗੇ ਅਤੇ ਫਿਰ ਜਾਵਾਂਗੇ ਦੁੱਧ ਲੈਣ ਬਾਕੀ ਸਰਪੰਚ ਚਲਾਉਣਾ ਬਾਈਕ ਸਰਪੰਚ ਜੇ ਦੱਸ ਦਿੱਤਾ ਜਾਏ ਸਰਪੰਚ ਬਹੁਤ ਜ਼ਿਆਦਾ ਪ੍ਰੋ ਆ ਬਾਈਕ ਚਲਾਉਣ ਵਿੱਚ ਸਾਡੇ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ
कदी ना पाओ भरा हूँ साड़ी जिबी का भी सौन का टाइम हो गया तो साडा भी हूँ चलो फिर करते ब्लॉग इतने एंड अज का फिर मिलते अगले ब्लॉग च हूँ तक ही टाटा बाय बाय ओम सी माम बिंग बिंग बो तन तन सस्ते नसे तार चिपक गई छाती से ओम सी माम बिंग